ਅਸਲਾਮ ਵਾਲੇਕਮ ਜੀ ਲੋ ਜੀ ਦੋਸਤੋ ਅੱਜ ਆਪਣੀ ਆਲੂ ਦੀ ਫਸਲ ਜਿਹੜੀ ਉਹ 70 ਦਿਨ ਦੀ ਹੋ ਗਈ ਆ ਆਪਾਂ ਇਹ ਚੈੱਕ ਕਰਨਾ ਕਿ ਆਪਾਂ ਇਹਨੂੰ ਹੁਣ ਇਸ ਤੋਂ ਘਾ ਕਿੰਨੇ ਪਾਣੀ ਲਈਏ ਮੌਸਮ ਦੀ ਕੀ ਸੂਰਤ ਹੈ ਹਾਲ ਠੀਕ ਹੈ ਜੀ ਇਹਦੇ ਨਾਲ ਆਪਾਂ ਮੀਟਰ ਦੇ ਨਾਲ ਚੈੱਕ ਕਰਾਂਗੇ ਕਿ ਕਿੰਨੀ ਨਮੀ ਆਲੂ ਨੂੰ ਜਿੰਨਾ ਚਾਹੀਦਾ ਵਾ ਨਮੀ ਉਹਦੇ ਅੰਦਰ ਹੈ ਜਾਂ ਕਿ ਫੇਰ ਦੁਬਾਰਾ ਇਹਨੂੰ ਪਾਣੀ ਲਾਉਣਾ ਪਏਗਾ ਆਪਾਂ ਨੂੰ ਇਹ ਆਪਾਂ ਦੋਸਤਾਂ ਨੂੰ ਚੈੱਕ ਕਰਾਉਂਦੇ ਹਾਂ ਜੀ ਅੱਗੇ ਆਓ ਜੀ ਜ਼ਰਾ ਇਹ ਹੈ ਜੀ ਆਪਣੇ ਕੋਲ ਮੀਟਰ ਇਹਨੂੰ ਆਪਾਂ ਉਹ ਵਟ ਦੇ ਅੰਦਰ ਲਗਾਵਾਂਗੇ ਇੱਕ ਮੈਂ ਸਾਫ਼ ਨਜ਼ਰ ਆਉਣਾ ਚਾਹੀਦਾ ਜ਼ਰਾ ਨਜ਼ਰ ਆ ਰਿਹਾ ਵੈਸੇ ਹੀ ਹਾਂ ਲਈ ਦੋਸਤੋ ਅਗਰ ਇਹ ਵਾਲੀ ਸੂਈ ਜੜੀ ਹੈ Z ਤੇ ਆ ਜਾਂਦੀ ਸਮਝ ਲਓ ਕਿ ਆਲੂਆਂ ਦੇ ਵਿੱਚ ਨਮੀ ਨਹੀਂ ਹੈਗੀ ਇਹਨੂੰ ਪਾਣੀ ਦੀ ਜ਼ਰੂਰਤ ਆ ਗਈ ਲੇਕਿਨ ਇਸ ਟਾਈਮ ਇਹਦੇ ਵਿੱਚ ਨਮੀ ਬਹੁਤ ਜ਼ਿਆਦਾ ਵਾ ਇਹ ਹੀ ਆਪਾਂ ਕਰਦੇ ਆਗੇ ਕਿ ਉੱਤੋਂ ਵਟ ਜਿੱਥੇ ਖੁਸ਼ਕ ਆ ਗਈ ਹੈ ਆਪਾਂ ਉੱਥੇ ਇਹਨੂੰ ਲਗਾਉਂਦੇ ਆ ਉੱਥੇ ਵੀ ਆਪਾਂ ਇਹਦਾ ਰਿਜ਼ਲਟ ਦੇਖਦੇ ਆ ਕਿ ਉੱਥੇ ਕੀ ਕਰਦਾ ਹੈ ਲੋ ਜੀ ਇਹ ਖੁਸ਼ਕ ਜਗ੍ਹਾ ਤੇ ਆਪਾਂ ਲਗਾਤਾ ਹੈ ਇਹਨੂੰ ਇਹ ਦੇਖੋ ਉੱਤੋਂ ਵਾਟੀਆਂ ਨੀ ਕਿ ਖੁਸ਼ਕ ਉਹ ਦੱਸ ਰਿਹਾ ਵਾ ਕਿ ਉੱਤੋਂ ਵਟ ਬਿਲਕੁਲ ਖੁਸ਼ਕ ਹੈ ਇਹ ਹੀ ਆਪਾਂ ਚੀਜ਼ ਨੂੰ ਥੱਲੇ ਲੈ ਜਾਾਂਗੇ ਇਹ ਦੇਖੋ ਜੀ نیچے ਲੈ ਗਏ ਆਂ نیچے ਵੀ ਉਹਨੇ ਕਹਿਤਾ ਵੀ ਬੱਤਰ ਹੈ ਹਲੇ ਦੇ ਅੰਦਰ ਇਨਕੇ ਆਪਾਂ ਚੀਜ਼ ਤਾਂ ਦੇਖਣੀ ਹੈ ਕਿ نیچے ਇਹਦੇ ਅੰਦਰ ਬੱਤਰ ਕਿੰਨੀ ਹੈ ਇਹ ਬੱਤਰ ਹਾਲੇ ਚਾਪਾ ਲਾ ਦਿੰਨੇ ਆ ਇਹ ਦੱਸ ਰਿਹਾ ਕਿ ਬੱਤਰ ਬਿਲਕੁਲ ਅੰਦਰ ਆਲੂ ਦੇ ਹਲੇ ਠੀਕ ਆ ਗਈ ਹੈ ਪਾਣੀ ਲਾਉਣ ਦੀ ਇਹਨੂੰ ਜ਼ਰੂਰਤ ਨਹੀਂ ਹੈਗੀ ਹਲੇ ਠੀਕ ਹੈ ਜੀ ਇਹਦੇ ਨਾਲ ਆਪਾਂ ਚੈੱਕ ਕਰੀਦਾ ਵਾ ਕਿ ਐਂਡ ਦੇ ਦਿਨਾਂ ਦੇ ਉੱਪਰ ਜਦੋਂ ਆਪਾਂ ਆਲੂ ਪਟਨੇ ਆ ਜਾਂ ਸ਼ੁਰੂ ਤੋਂ ਪਹਿਲੇ ਵੀ ਤੁਸੀਂ ਇਹਨੂੰ ਚੈੱਕ ਕਰ ਸਕਦੇ ਆਂ ਕਿ ਤੁਹਾਡੇ ਆਲੂ ਦੀ ਫਸਲ ਦੇ ਅੰਦਰ ਵਤਰ ਹੈ ਜਾਂ ਨਹੀਂ ਹੈ ਠੀਕ ਹੈ ਜੀ ਇਹਦੇ ਨਾਲ ਆਪਾਂ ਚੈੱਕ ਕਰਕੇ ਤੇ ਸਾਰੀ ਜਿਹੜੀ ਗੱਲਬਾਤ ਹੈਗੀ ਉਹ ਦੋਸਤਾਂ ਨਾਲ ਸ਼ੇਅਰ ਕਰਾਂਗੇ ਗਾਹ ਵੀ ਤੇ ਇਹ ਮੀਟਰ ਦੇ ਨਾਲ ਹਰ ਚੀਜ਼ ਆਪਾਂ ਚੈੱਕ ਕਰ ਸਕਦੇ ਹਾਂ ਕਿ ਆਲੂ ਦੇ ਅੰਦਰ ਵਤਰ ਹੈਗੀ ਹੈ ਇਹਨੂੰ ਪਾਣੀ ਦੀ ਜ਼ਰੂਰਤ ਹੈਗੀ ਹੈ ਜਾਂ ਨਹੀਂ ਹੈਗੀ ਠੀਕ ਹੈ ਜੀ ਅੱਜ ਦੀ ਵੀਡੀਓ ਇੱਥੇ ਤੱਕ ਜੀ ਬਾਕੀ ਅਗਲੀ ਵੀਡੀਓ ਦੇ ਨਾਲ ਦੋਸਤਾਂ ਦਾ ਫੇਰ ਮਿਲਾਂਗੇ ਉਹ ਦੋਸਤਾਂ ਕੋ اجازت ਚਾਹੁੰਦੇ ਹਾਂ ਜੀ ਅੱਲਾਹ ਹਾਫਿਜ਼